ਬਿਸਮਿਲ੍ਲਾ ਰਹਿਮਾਨ ਰਹੀਮ। ਅਸਲਾਮੁ ਅਲੈਕੁਮ ਮੇਰੇ ਤਮਾਮ ਭੈਣ ਭਾਈਓ, ਉਮੀਦ ਕਰਨਾ ਠੀਕ ਠਾਕ ਉਸ ਜਿੱਥੇ ਰਹੋ, ਖੁਸ਼ ਰਹੋ, ਆਬਾਦ ਰਹੋ, ਹੱਸਦੇ ਮੁਸਕਰਾਉਂਦੇ ਰਹੋ। ਤਾਂ ਤੁਹਾਡੀਆਂ ਦੁਆਵਾਂ ਨਾਲ ਅਸੀਂ ਠੀਕ ਠਾਕ ਹਾਂ, ਸ਼ੁਕਰ। ਅੱਲਾ ਪਾਕ ਹਰ ਤਰ੍ਹਾਂ ਮਦਦ ਕਰੇ, ਹਰ ਨੂੰ ਤੰਦਰੁਸਤੀ ਦੇ, ਸਿਹਤ ਦੇ, ਜ਼ਿੰਦਗੀ ਦੇ। ਉੱਤੇ ਜਿਹੜੇ ਮੇਰੇ ਭੈਣਾਂ ਵੀਰਾਂ ਬਿਮਾਰ ਨੇ, ਅੱਲਾ ਪਾਕ ਸ਼ਿਫਾ ਦੇ, ਜਿਹਨੇ ਕੋਈ ਕਾਰੋਬਾਰ ਨੇ, ਅੱਲਾ ਪਾਕ ਕਾਰੋਬਾਰ ਦੇ, ਅੱਲਾ ਪਾਕ ਹਰ ਦੇ ਕਾਰੋਬਾਰ ਬਰਕਤ ਪਾਵੇ, ਅੱਲਾ ਪਾਕ ਹਰ ਦੀ ਪਰੇਸ਼ਾਨੀਆਂ ਦੂਰ ਕਰੇ, ਅੱਲਾ ਪਾਕ ਹਰ ਤਰ੍ਹਾਂ ਮਦਦ ਕਰੇ। ਅਤੇ ਅੱਲਾ ਦੇ ਨਾਲ ਕਹਿ ਦੋ ਤਾਂ ਕਰਨੇ ਆਗਾਜ਼, ਟਾਈਮ ਤਾਂ ਨਾ ਤਕਰੀਬਨ ਡੇਢ ਦਾ ਹੋ ਗਿਆ, ਅਤੇ ਬਿਜਲੀ ਕਾਜ ਨਹੀਂ ਆਈ, ਅਤੇ ਇਸ ਤਰ੍ਹਾਂ ਨਾ ਮੁੜ ਕੰਮ ਸਾਰਾ ਕਰਨਾ ਪਿਆ ਸਰ, ਨਲਕੇ ਅਤੇ ਡੰਗਰ ਵਗੈਰਾ ਨਲਕੇ ਤੂੰ ਵੀ ਵਾਜ ਨੇ, ਅਤੇ ਰੋਟੀਆਂ ਜਿਵੇਂ ਹੁਣ ਪਕਾਈਂਦੀ ਪਈ, ਤੰਦੂਰ ਹੀ ਬਾਲਿਆ ਅਤੇ ਨਾਲ ਨਾ ਉੱਤੇ ਸਾਲਣ ਰੱਖਿਆ ਹੈ, ਪਾਲਕ ਅਤੇ ਪਾਲਕ ਗਾਰਦੀ ਆਏ। ਹਾਂਜੀ, ਤਾਂ ਧੁੱਪ ਕਾਫੀ ਹੈ, ਸਾਲਾਂ ਵੀ ਸਾਡਾ ਤਿਆਰ ਹੋ ਗਿਆ, ਆਟਾ ਮੈਂ ਗੋਨ ਕੇ ਰੱਖ ਲਿਆ, ਅਤੇ ਪਾਲਕ ਅਤੇ ਗੁਆਰੇ ਦੀ ਫੜੀਆਂ, ਇਹ ਸਾਲਣ ਸਾਹਿਬ ਬਣਾਇਆ, ਤੇ ਨਾ ਤੰਦੂਰ ਬਾਲ ਕੇ ਰੋਟੀਆਂ ਲਾ ਲੈਂਦੀ ਹਾਂ। ਅੱਲਾ ਦਾ ਸ਼ੁਕਰ ਹੈ ਕੋਈ ਝਾੜ ਹੋ ਗਿਆ, ਭੁੱਖ ਲੱਗੀ ਖਾਈ ਨਾ ਕਾਣ ਨਾ, ਤੰਦੂਰ ਬਾਲ ਕੇ ਰੋਟੀਆਂ ਲਾ ਲੈਂਦੀ ਹਾਂ। ਅੱਗੇ ਤਾਂ ਧੁੱਪ ਕਾਫੀ ਹੈ, ਮਾਸ਼ਾਅੱਲਾ ਤੰਦੂਰ ਦੀ ਰੋਟੀਆਂ ਵੇਖੋ, ਕਿਉਂਕਿ ਜਲਦੀ ਜਲਦੀ ਮੈਂ ਤੰਦੂਰ ਤਾਂ ਜਲਦੀ ਪੱਕ ਜਾਂਦੀਆਂ ਨੇ, ਅਤੇ ਬਾਲਣ ਤਾਂ ਸਾਹ ਲੈਂਦਾ ਹੈ ਹੁਣ, ਅਤੇ ਬਾਲਣ ਮਗਰ ਨਾ ਕਦੇ ਕੋਈ ਨਹੀਂ ਬਲਿੰਦਾ ਵੀ ਤਰਾਲੇ ਨਾ ਮੁੜ, ਜੇ ਨਾਲ ਸਾਲਣ ਨਾ ਹੋਏ ਤਾਂ ਬੱਚਿਆਂ ਨੇ ਤਵੇ ਦੀ ਰੋਟੀ ਨੇ ਖਾ ਲੈਂਦੇ ਨੇ, ਤਾਂ ਤੰਦੂਰ ਦੀ ਰੋਟੀ ਸਾਲਣ ਸਵਾਰ ਨਹੀਂ ਖਾਏਗੀ। ਇਸ ਵਾਸਤੇ ਮੈਂ ਤੇਲ ਤੰਦੂਰ 'ਤੇ ਪਕਾ ਲੈਂਦੀ ਹਾਂ ਰੋਟੀਆਂ, ਕੋਈ ਬੰਦਾ ਬਣੇ ਉਹ ਤਾਂ ਤੇਲਾ ਪਾ ਕੇ ਖਰ ਬਾਰਾ ਹੀ ਆ ਜਾਸੇ, ਅਤੇ ਜਾ ਭੈਣ ਵੀਰਾ ਰੋਟੀ ਖਾਵਣੀ ਹੋਵੇ ਜੀ, ਬਸ ਮਿਲਾ ਤੰਦੂਰ ਦੀ ਰੋਟੀ ਆ ਕੇ ਖਾ ਸਕਦਾ। ਹਾਂਜੀ, ਤੁਹਾਨੂੰ ਹੁਣ ਸਰਦੀਆਂ ਦੇ ਦਿਨ ਆ ਰਹੇ ਨੇ, ਅਤੇ ਆਹ ਭਾਈ ਹੋਰਾਂ ਜ਼ਮੀਨ ਤਿਆਰ ਕੀਤੀ ਹੈ ਕਿਸ ਵਾਸਤੇ, ਸ਼ਿਤਾਲੇ ਵਾਸਤੇ, ਇੱਥੇ ਸ਼ਿਤਾਲਾ ਗੱਡੀ ਸੀ, ਉਸ ਤੋਂ ਬਾਅਦ ਮਾਸ਼ਾਅੱਲਾ ਫੁੱਲ ਜਿਹੜੇ ਨੇ ਉਹ ਵੀ ਬੜੇ ਖੂਬਸੂਰਤ ਨਿਕਲ ਸਨ, ਕਿਉਂਕਿ ਨਾਲ ਸਾਰੇ ਉਵੀਆਂ ਨਾਲ ਬੀਜਣੀ ਹੈ, ਅਤੇ ਮੈਂ ਭੈਣਾਂ ਭਰਾਵਾਂ ਨਾਲ ਮੈਂ ਆਖਿਆ ਚਲੋ ਅੱਜ ਮੈਂ ਸਲਾਮ ਦੁਆ ਹੀ ਨਾਲ ਕਰ ਲਵਾਂ, ਨਾਲ ਭੈਣਾਂ ਭਰਾਵਾਂ ਨਾਲ ਗੱਲਬਾਤ ਵੀ ਕਰ ਲਵਾਂ, ਅਤੇ ਅਸੀਂ ਇਸ ਵਾਸਤੇ ਤੁਹਾਨੂੰ ਜਿਹੜਾ ਨੇ ਵਿਖਾ ਰਹੇ ਹਾਂ, ਮਤਲਬ ਜਿਹੜੀ ਜ਼ਮੀਨ ਹੈ ਬਿਲਕੁਲ ਤਿਆਰ ਹੋਈ ਹੋਈ ਹੈ, ਅਤੇ ਉਹਦੇ ਨਾਲ ਹੀ ਅਸੀਂ ਹੁਣ ਆਪਣੇ ਘਰ ਦੀ ਪਿਛਲੀ ਸਾਈਡ 'ਤੇ ਅਸੀਂ ਖੜ੍ਹੇ ਹਾਂ, ਅਤੇ ਅਸੀਂ ਇਹ ਭੈਣਾਂ ਭਰਾਵਾਂ ਅੱਗੇ ਰਿਕੁਐਸਟ ਕਰ ਰਹੇ ਹਾਂ ਵੀ ਆਹ ਜਿਹੜੀ ਨਾਲ ਸਾਡੀ ਫਸਲ ਹੈ ਨਾ, ਇਹ ਨਾਲ ਮੱਕੀ ਦੀ ਹੈ, ਇਹ ਮੱਕੀ ਮਾਸ਼ਾਅੱਲਾ ਤੁਸੀਂ ਦੇਖ ਸਕਦੇ ਨੇ, ਉਸ ਤੋਂ ਬਾਅਦ ਇਹਦਾ ਤੁਸੀਂ ਹਿਸਾਬ, ਕਿਉਂਕਿ ਇਹਦੀ ਛੱਲੀ ਜਿਹੜੀ ਨਾ ਬਿਲਕੁਲ ਜਿਹੜੀ ਨਾ ਹੁਣ ਤਿਆਰ ਹੋਣ ਵਾਲੀ ਹੈ, ਉਸ ਤੋਂ ਬਾਅਦ ਇਹ ਵੀ ਨਾਲ ਜਿਹੜਾ ਨਾ ਕਾਫੀ ਸਾਰੀਆਂ ਜਿਹੜੀਆਂ ਨੇ ਆਹ ਛੱਲੀਆਂ ਨਾਲ ਲੱਗੀਆਂ ਹੋਈਆਂ ਨੇ, ਅਤੇ ਅੱਗੇ ਥੋੜ੍ਹਾ ਜਿਹਾ ਗਾਇਬ ਪਏ, ਅਤੇ ਅੱਜ ਦੇ ਤੁਹਾਨੂੰ ਭੈਣਾਂ ਭਰਾਵਾਂ ਨੂੰ, ਕਿਉਂਕਿ ਸਾਡੀ ਰੂਟੀਨ ਦੇ ਮੁਤਾਬਿਕ ਤੁਹਾਨੂੰ ਅਸੀਂ ਹਰਾ ਰੋਜ਼ ਮਤਲਬ ਵੀ ਖਾਂਦੇ ਤਾਂ ਅਸੀਂ ਇਹ ਹੀ ਹਾਂ, ਕਿਉਂਕਿ ਮੇਰੀ ਇਸ ਲੱਤ ਵੱਜਣ ਦੇ ਵਿੱਚ ਨੇ, ਕਿਉਂਕਿ ਮੋਟਰਸਾਈਕਲ ਵੀ ਅਸੀਂ ਸੇਲ ਕਰ ਛੱਡਿਆ ਸੀ, ਇਸ ਵਜ੍ਹਾ ਤੋਂ ਥੋੜ੍ਹਾ ਜਿਹਾ ਮਸਲਾ ਸਾਡਾ ਬਣ ਗਿਆ, ਕਿਉਂਕਿ ਮੇਰੀ ਵੀ ਲੱਤ ਮਤਲਬ ਕੋਈ ਥੋੜ੍ਹੀ ਦਵਾਈ ਲਈ ਹੈ, ਕੋਈ ਬੱਚਿਆਂ ਦਾ ਜਿਹੜਾ ਨਾ ਰਾਸ਼ਨ ਪਾਣੀ ਲਿਆ, ਇਸ ਵਾਸਤੇ ਥੋੜ੍ਹਾ ਜਿਹਾ ਅਸੀਂ ਜਿਹੜਾ ਨਾ ਪੈਸੇ ਲੱਗ ਗਏ ਨੇ, ਕਿਉਂਕਿ ਹੁਣ ਮੈਂ ਸਾਈਕਲ 'ਤੇ ਵੀਡੀਓ ਜਿਹੜਾ ਨਾ ਬਾਹਰ ਦੂਰ ਨਹੀਂ ਬਣਾ ਸਕਦਾ, ਕਿਉਂਕਿ ਮੇਰੀ ਮਜਬੂਰੀ ਹੀ ਹੈ, ਉਸ ਤੋਂ ਬਾਅਦ ਜਿਹੜੀ ਘਰ ਦੀ ਹਾਲਾਤ ਹੈ ਉਹ ਵੀ ਤੁਹਾਨੂੰ ਅਸੀਂ ਵਿਖਾਈਨੇ ਹਾਂ, ਅਤੇ ਜਿਹੜੀ ਸਾਡੀ ਘਰ ਦੀ ਹਾਲਾਤ ਹੈ ਜਾਂ ਛੱਪਰ ਦੀ ਹਾਲਾਤ ਹੈ, ਅਤੇ ਭੈਣਾਂ ਭਰਾਵਾਂ ਵਾਸਤੇ ਜਿਹੜੇ ਮੇਰੇ ਭੈਣਾਂ ਭਰਾ ਸਾਨੂੰ ਵੇਖ ਰਹੇ ਨੇ, ਉਹਨਾਂ ਦਾ ਅੱਲਾ ਤੰਦਰੁਸਤੀ ਬੱਚਿਆਂ ਦੀ ਦੇਵੇ ਔਰ ਜ਼ਿੰਦਗੀ ਕਰੇ, ਜਿਹੜੇ ਸਾਨੂੰ ਭੈਣ ਭਾਈ ਅੱਛੇ ਅੱਛੇ ਕਮੈਂਟ ਕਰ ਰਹੇ ਨੇ, ਸਾਡੀਆਂ ਢੇਰ ਸਾਰੀਆਂ ਮੇਰੇ ਭਰਾਵਾਂ ਦੁਆਵਾਂ, ਅਸੀਂ ਦੁਆਵਾਂ ਤੋਂ ਇਲਾਵਾ ਤੁਹਾਨੂੰ ਹੋਰ ਕੀ ਕਹਿ ਸਕਦੇ ਹਾਂ, ਅਤੇ
ਸਾਡੇ ਚੈਨਲ ਨੂੰ ਲਾਇਕ ਵੀ ਕੀਤਾ ਕਰੋ, ਕਮੈਂਟ ਵੀ ਕੀਤਾ ਕਰੋ, ਸ਼ੇਅਰ ਕੀਤਾ ਕਰੋ। ਅੱਜ ਤੁਹਾਡੇ ਭੈਣਾਂ ਭਰਾਵਾਂ ਤੋਂ ਇਜਾਜ਼ਤ ਲੈਂਦੇ ਹਾਂ। ਅੱਲਾ ਹਾਫਿਜ਼।